ਤੁਹਾਡਾ ਸਾਰੀ ਕੀ ਗੱਲ ਹੋਈ ਆ ਭਾਈ ਮੈਂ ਸੁਮਿਤ ਸਬਜ਼ੀ ਮੰਡੀ ਗੁਰਦਾਸਪੁਰੋਂ ਬੋਲਦੇ ਪਿਆ ਜੀ ਕੀ ਉੱਥੇ ਸੀ ਕੀ ਸਾਰਾ ਹੈਗਾ ਸੀ ਇਸ ਤਰ੍ਹਾਂ ਸੀਗੀ ਕਿ ਜਿਹੜੇ ਸਾਡੇ ਨਾ ਬਾਹਰ ਸਬਜ਼ੀ ਮੰਡੀ ਦੇ ਫਰੂਟ ਲੱਗਦਾ ਹਾਂ ਉਹ ਵਿਚਾਰੇ ਮਾਤੜ ਜੀ ਬੰਦੇ ਸੀਗੇ ਤੇ ਇੱਕ ਤੇ ਉਹਨਾਂ ਦਾ 10 ਕਰੇਡ ਸੇਬ ਦੇ ਹੈਗੇ ਸੀਗੇ ਨਾਲ ਹੋਰ ਥੋੜਾ ਬਹੁਤਾ ਫਰੂਟ ਸੀਗਾ ਨਾਲੇ ਕਿ ਸਾਡੇ ਗੋਪਾਲ ਸ਼ਾਹ ਜੀ ਹੈਗੇ ਆ ਮੰਡੀ ਦੇ ਉਹਨਾਂ ਦੀ ਬਾਹਰ ਦੁਕਾਨ ਹੀ ਪੈਂਦੀ ਆ ਉਹਨਾਂ ਦੇ 4 ਕਿ ਡੱਬੇ ਲਸਣ ਦੇ ਸੀ ਕਿ 2 ਬੋਰੀਆਂ ਅਦਰਕ ਦੀਆਂ ਸੀਗੀਆਂ ਉਹ ਵੀ ਕਹਿੰਦੇ ਕਹਿੰਦੇ ਕਿ ਸਾਡਾ ਸਮਾਨ ਜਿਹੜਾ ਉਹ ਚੋਰੀ ਹੋਇਆ ਤੇ ਲੱਭਣ ਨਹੀਂ ਦਿਆ ਹੈਗਾ ਆਪਾਂ ਵੈਸੇ ਹੀ ਕੈਮਰੇ ਖੋਲੇ ਤੇ ਇੱਕ ਮਿੰਟ ਸਬਜ਼ੀ ਮੰਡੀ ਫੜੀ ਨਾਲ ਲੱਗਾ ਮੇਰਾ ਸਮਾਨ ਆਪਾਂ ਕੈਮਰੇ ਖੋਲੇ ਹਾਂ ਉੱਥੇ ਮੇਰਾ ਲਸਣ ਵੇਚਦਾ ਸੀਗਾ ਤੇ ਮੈਂ ਆਪਣਾ ਲਸਣ ਵੇਖਣਾ ਆ ਤੇ ਮੇਰਾ ਲਸਣ ਵੀ ਹੈ ਨਹੀਂ ਤੇ ਫਿਰ ਜਦੋਂ ਆਪਾਂ ਕੈਮਰੇ ਖੋਲੇ ਕਿ ਕੋਈ 3:55 ਤੇ ਦੁਪਹਿਰੀ ਕੱਲ ਇੱਕ ਗੱਡੀ ਆਈ ਆ ਛੋਟਾ ਹਾਤੀ 2-3 ਬੰਦੇ ਆ ਨਾਲ ਉੱਥੋਂ ਸਮਾਨ ਖੋਲ ਕੇ ਲੋਡ ਕਰਕੇ ਤੇ ਗੱਡੀ ਬਹੁਤ ਵੱਧ 13 ਮਿੰਟਾਂ ਦੇ ਵਿੱਚ ਚੋਰੀ ਹੋਈ ਹੈ ਸਾਰੀ ਜਦੋਂ ਆਪਾਂ ਚੋਰੀ ਨੂੰ ਵੇਖਿਆ ਕਿ ਆਪਾਂ ਨੂੰ ਇੱਦਾਂ ਟਰਗੋਡ ਨਹੀਂ ਆਉਂਦੀ ਗੱਡੀ ਜਦੋਂ ਉਹਨੂੰ ਸਾਈਡ 'ਤੇ ਨੰਬਰ ਵੇਖਿਆ ਆਪਾਂ ਉਹ 'ਤੇ ਕਾਲਿੰਗ ਕੀਤੀ ਆਪਾਂ ਉਹਨਾਂ ਨੇ ਇੱਕ ਸਾਈਡ 'ਤੇ ਕਹਿੰਦੇ ਸੱਦਿਆ ਕਿ ਭਾਅ ਜੀ ਤਾਂ ਆਪਾਂ ਸਮਾਨ ਚੁਕਾਉਣਾ ਗੱਡੀ ਦੇ ਉੱਪਰ ਨੰਬਰ ਵੀ ਨਹੀਂ ਹੈਗਾ ਕੋਈ ਜੀ ਕੋਈ ਨੰਬਰ ਨਹੀਂ ਹੈਗਾ ਗੱਡੀ ਦੇ ਕੋਈ ਨੰਬਰ ਨਹੀਂ ਹੈਗੀ ਬਿਨਾਂ ਗੱਡੀ ਇੱਦਾਂ ਹੀ ਹੈ ਬਿਨਾਂ ਨੰਬਰ ਤੋਂ ਚੱਲ ਰਹੀ ਹੈ ਹੁਣ ਆਪਾਂ ਉਹਨਾਂ ਨੂੰ ਸੱਦਿਆ ਜੀ ਤੁਸੀਂ ਨੰਬਰ ਕਿਹੜਾ ਦੇਖਿਆ ਮੋਬਾਈਲ ਨੰਬਰ ਲਿਖਿਆ ਮੋਬਾਈਲ ਨੰਬਰ ਸਾਈਡ 'ਤੇ ਲਿਖਿਆ ਸੀਗਾ ਗੱਡੀ ਦੇ ਸਾਈਡ 'ਤੇ ਲਿਖਿਆ ਉੱਥੇ ਇਹਨਾਂ ਨੂੰ ਕਾਲਿੰਗ ਕੀਤੀ ਹੈ ਕਿ ਫਿਰ ਇਹ ਸਾਨੂੰ ਆਏ ਆ ਸਾਨੂੰ ਮਿਲਣ ਕਿ ਆਪਾਂ ਇਹਨਾਂ ਨੂੰ ਸੱਦਿਆ ਕਿਸ ਤਰੀਕੇ ਕਿ ਆਪਾਂ ਇੱਥੋਂ ਸਮਾਨ ਚੁਕਾਉਣਾ ਵਾ ਅਤੇ ਆਪਾਂ ਤੁਹਾਨੂੰ ਕਿਰਾਇਆ ਜਿੰਨਾ ਕਹੋਗੇ ਦੇ ਦਾਂਗੇ ਇਹ ਹੁਣ ਗੱਡੀ ਲੈ ਕੇ ਆਏ ਆ ਇਹ ਨਾ ਪਤਾ ਨਹੀਂ ਕਿਹਦੇ ਕਿਹਦੇ ਲਿਆਂਦੇ ਆਪਾਂ ਟ੍ਰੇਸ ਹੋ ਗਿਆ ਇਹ ਨਹੀਂ ਹਜੇ ਆਪਾਂ ਇਹ ਮੰਨ ਰਿਹਾ ਕਿ ਮੈਂ ਸਮਾਨ ਚੁੱਕਿਆ ਸੀ ਇਹ ਮੰਨ ਗਿਆ ਕਿ ਮੈਂ ਸਮਾਨ ਚੁੱਕਿਆ ਹਾਂ ਤੇ ਇਹ ਭਾਈ ਸਾਡੇ ਆ ਇਹ ਵੀ ਆਪਣੇ ਮੰਡੀ ਦੇ ਆ ਫੜੀ ਹੋੜੇ ਇਹਨਾਂ ਦਾ 10 ਕਰੇਡ ਕੋਈ ਸੇਬ ਚ ਕੋਈ ਆ ਬਾਕੀ ਇਹਨਾਂ ਦਾ ਨਿੱਕਾ ਮੋਟਾ ਸਮਾਨ ਕੋਈ ਇਹ ਵੀ ਵਿਚਾਰੇ ਮਾਤੜ ਬੰਦੇ ਆ ਕਿੰਨਾ ਨੁਕਸਾਨ ਟੋਟਲ ਹੋਇਆ ਦੇਖੋ ਜੀ ਲਸਣ ਅੱਜ ਕੱਲ੍ਹ ਦੇ ਰੇਟ ਜਿਹੜਾ 2-250 ਰੁਪਏ ਕਿਲੋ ਰੇਟ ਆ ਹਾਂ ਤੇ 4 ਡੱਬੇ 30 ਕਿਲੋ ਦੀ ਇੱਕ ਭਰਤੀ ਆ ਹਾਂ ਤੁਸੀਂ ਲਗਾ ਲਓ 40,000 ਦਾ ਲਸਣ ਹੀ ਆ ਤੇ 2 ਵਾਰੀ ਅਦਰਕ ਵੀ ਆ ਹੁਣ ਦੇਖੋ ਇਹ ਕਹਿੰਦੇ ਪਏ ਕਿ ਇਕੱਲੇ ਮੈਂ ਸਿਰਫ ਫਰੂਟ ਚੁੱਕਿਆ ਤੇ ਲਸਣ ਦਾ ਤੇ ਅਦਰਕ ਦਾ ਤੁਹਾਨੂੰ ਪਤਾ ਨਹੀਂ ਲੱਗਣ ਦਿਆ 12-13 ਹਜ਼ਾਰ ਦਾ ਅਦਰਕ ਆ 40,000 ਦਾ ਸਾਡਾ ਲਸਣ ਆ ਬਾਕੀ ਇਹ ਵਿਚਾਰੇ ਦਾ 15,000 ਦਾ ਫਰੂਟ ਸੀਗਾ ਇਹਨੇ ਹਰੇ ਆੜਤੀ ਨੂੰ ਬਿੱਲ ਦੇਣਾ ਜੇ ਇਹ ਵਿਚਾਰਾ ਸੋਕੋ ਸਵੇਰੇ ਜਦੋਂ ਆਇਆ ਮੰਡੀ ਰੋਣ ਦਿਆ ਕਿ ਮੈਨੂੰ ਕੱਲ੍ਹ ਹੋਈ ਚੋਰੀ ਕਿ ਅੱਜ ਹੋਈ ਆ ਇਹ ਨਹੀਂ ਨਹੀਂ ਕੱਲ੍ਹ ਹੋਈ ਆ ਕਿੰਨੇ ਵਜੇ ਕੱਲ੍ਹ ਦੁਪਹਿਰੀ ਹੋਈ ਹੈ ਕੋਈ 3:55 ਦੇ ਤੇ 4:12 ਦੇ ਗੱਡੀ ਆਪਣੀ ਚੜਾ ਕੇ ਲੈ ਗਏ ਮੰਡੀ ਇਹ ਰਾਤ ਦੀ ਹੋਈ ਹੈ ਦਿਨ ਦੀ ਇਹ ਭਾਈ ਦੁਪਹਿਰੀ ਹੋਈ ਆ ਇਹ ਗੋਦਾਮ ਕਿੱਥੇ ਆਪਣਾ ਜਿੱਥੇ ਹੋਈ ਆ ਗੋਦਾਮ ਸਾਡਾ ਸਬਜ਼ੀ ਮੰਡੀ ਦੇ ਵਿੱਚ ਹੀ ਆ ਬਾਅਦ ਜਦੋਂ ਆਪਾਂ ਐਂਟਰ ਕਰਦੇ ਆ ਸਾਡੀ ਸਟਾਰਟਿੰਗ ਹੀ ਬਾਹਰ ਦੁਕਾਨਾਂ ਹੈਗੀਆਂ ਉਹ ਤੁਹਾਡਾ ਇੱਥੋਂ ਸਮਾਨ ਸਾਰਾ ਚੋਰੀ ਹੋਇਆ ਆਪਾਂ ਦੇਖੋ ਅੱਗੇ ਦਹਿਸ਼ਤ ਦਾ ਇੰਨਾ ਮਾਹੌਲ ਹੋਏਗਾ ਕਿ ਟਾਈਮ ਡਕੈਤੀਆਂ ਆਉਂਦੀਆਂ ਕਿ ਟਾਈਮ ਲੁੱਟਾਂ ਖੋਹ ਆਉਂਦੀਆਂ ਕਿ ਟਾਈਮ ਸਵੇਰੇ ਕੋਈ ਜਿਹੜਾ ਬੰਦਾ ਆਉਂਦਾ ਜ਼ਿਮੀਦਾਰ ਉਹਦੀਆਂ ਉਹਨੂੰ ਮਾਰਿਆ ਜਾਂਦਾ ਕਿਸੇ ਦੇ ਪਿੱਛੇ ਜੀ ਵੀ ਅੱਗੇ ਵਾਰਦਾਤ ਹੋਈਆਂ ਸੀਗੀ ਕਿ ਕਿਸੇ ਦੇ ਕਿਰਪਾਨ ਮਾਰਤੀ ਆ ਕਿਸੇ ਦੇ ਦਾਤਰ ਮਾਰਦੇ ਆ ਚਲੋ ਪਿੱਛੇ ਜੀ ਬੰਦੇ ਫੜੋਏ ਵੀ ਹੈਗੇ ਆ ਪਰ ਹਜੇ ਵੀ ਦਹਿਸ਼ਤ ਦਾ ਪੂਰਾ ਮਾਹੌਲ ਆ ਮੰਡੀ 7 ਵਜੇ ਤੋਂ ਪਹਿਲਾਂ ਮੰਡੀ ਗਾਹਕ ਨਹੀਂ ਹੁੰਦਾ ਜੀ ਜਿਹੜੀ ਮੰਡੀ 5 ਵਜੇ ਬਹੁਤ ਵਧੀਆ ਲੱਗਦੀ ਸੀ 7 ਵਜੇ ਤੱਕ ਸਾਨੂੰ ਹੁਣ ਗਾਹਕ ਨਹੀਂ ਲੱਭਦਾ ਹੈਗਾ ਤੇ 9 ਵਜੇ ਮੰਡੀ ਖਾਲੀ ਹੋ ਜਾਂਦੀ ਹੈ ਮੰਡੀ ਦੇ ਵੀ ਬਹੁਤ ਮਾੜੇ ਹਾਲਾਤ ਹੋਏ ਦੇ ਆ ਇਸ ਕਰਕੇ ਆਪਾਂ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਚੋਰਾਂ ਤੇ ਡਕੈਤੀਆਂ ਤੇ ਨਕੇਲ ਕੱਸੀ ਜਾਏ ਕਿ ਸਾਡਾ ਜਿਹੜਾ ਮੰਡੀ ਦਾ ਕਾਰੋਬਾਰ ਆਪਾਂ ਵਧੀਆ ਤਰੀਕੇ ਨਾਲ ਕਰ ਸਕੀਏ ਦੇਖੋ ਸਾਡਾ ਮੰਡੀ ਦਾ ਬਿਜ਼ਨਸ ਕਿੰਨੇ ਜਾਣਿਆ ਦਾ ਹੈਗਾ 2-250 ਪਰਿਵਾਰ ਉੱਥੋਂ ਪਲਣਦੇ ਆ ਜੇ ਉਹੀ ਦਹਿਸ਼ਤ ਦੇ ਮਾਹੌਲ 'ਚ ਜੀਏਗਾ ਆਪਾਂ 2-250 ਪਰਿਵਾਰ ਆਪਾਂ ਕਿਸ ਤਰ੍ਹਾਂ ਕੰਮ ਕਰ ਸਕਾਂਗੇ ਜਿਹੜੇ ਲੋਕ ਆਉਂਦੇ ਹੈਗੇ ਆ ਸਬਜ਼ੀ ਖਰੀਦਣ ਉਹ ਵੀ ਨਹੀਂ ਆ ਰਹੇ ਅੱਜ ਕੱਲ੍ਹ ਕਿ ਲੁੱਟਾਂ ਖੋਹਾਂ ਇੰਨੀਆਂ ਕਿ ਹੁੰਦੀਆਂ ਕਿ ਇਸੇ ਡਰਦੇ ਮਰੇ ਨਹੀਂ ਮੰਨਿਆ ਜੀ ਇਹ ਮੰਨ ਗਿਆ ਜੀ ਤੁਸੀਂ ਉਹਨਾਂ ਦੇ ਬਿਆਨ ਲਓ ਮੰਨ ਗਿਆ ਜੀ ਹਾਂ ਉਹ ਮੰਨਿਆ ਬਿਲਕੁਲ ਮੰਨਿਆ ਕੌਣ ਕੌਣ ਦੱਸਦਾ ਪਿਆ ਨਾਲ ਇਨਵੋਲਵ ਆ ਇਹ ਹੁਣ ਸਾਨੂੰ ਪਤਾ ਨਹੀਂ ਜੀ ਕੌਣ ਕਹਿੰਦੇ ਆ ਕੌਣ ਆ ਜਿਹੜਾ ਕਹਿ ਰਿਹਾ ਮਿੱਠੂ ਮੈਂ ਆਪਾਂ ਨਹੀਂ ਉਹਨੂੰ ਜਾਣਦੇ ਹੈਗੇ ਇਹ ਉਹੀ ਦੱਸੇਗਾ ਜੀ ਇਹਨੂੰ ਨਹੀਂ ਪਤਾ ਵੀ ਕੌਣ ਹੁੰਦਾ ਇਹ ਕੌਣ ਹੈਗਾ ਆਪਾਂ ਇਹਨਾਂ ਨਾਲ ਕੋਈ ਤੁਹਾਡਾ ਕੀ ਗੱਲ ਹੋਈ ਸਾਰੀ ਮੇਰਾ ਨਾਮ ਗੋਪਾਲ ਦਾਸ ਆ ਜੀ ਹਾਂ ਦੁਕਾਨ ਸਾਡੀ ਆ ਭਾਜੀ ਤੇ ਸਾਡੀ ਦੁਕਾਨ ਤੇ ਉੱਤੇ ਬਾਹਰ ਫੜ ਤੇ ਮਾਲ ਪਿਆ ਦਾ ਸੀ ਤੇ ਇਹਨਾਂ ਨੇ 40 ਕਰੇਡ 30 ਕਰੇਡ ਟਮਾਟਰ ਪਹਿਲਾਂ ਸਾਲ 1.5 ਸਾਲ ਪਹਿਲਾਂ ਸਾਡੇ 30 ਕਰੇਡ ਟਮਾਟਰ ਵੀ ਚੁਕੇ ਆ 1200 ਰੁਪਏ ਦਾ ਕਰੇਡ ਟਮਾਟਰ ਸੀ ਤੇ 30 ਕਰੇਡ ਟਮਾਟਰ ਵੀ ਗਏ ਆ ਹੋਰ ਵੀ ਨਾਲ ਅਦਰਕ ਲਸਣ ਉਹ ਵੀ ਨਾਲ ਗਿਆ ਹੁਣ ਵੀ ਨਾਲ ਲੈ ਗਏ ਆ ਚੱਕੇ ਤੇ 30 ਕਰੇਡ ਟਮਾਟਰ ਵੀ ਪਿਛਲੇ ਸਾਲ ਚੁੱਕੇ ਉਹ ਵੀ ਇਹਨਾਂ ਨੇ ਚੱਕੇ ਆ ਕਿਉਂਕਿ ਹੁਣ ਫੜੋਏ ਨੇ ਤੇ ਉਹ ਇਸ ਕਰਕੇ ਹੁਣ ਪਤਾ ਕਿ ਇਹੀ ਬੰਦੇ ਨੇ ਜਦੋਂ ਵੀ ਕੋਈ ਦੁਕਾਨ ਸਾਡੀ ਆ ਕੋਈ ਵੀ ਜਿਹੜੀ ਚੀਜ਼ ਮਹਿੰਗੀ ਹੁੰਦੀ ਹੈ ਮੰਨ ਲਓ ਜਦੋਂ ਪਿਆਜ਼ ਮਹਿੰਗਾ ਹੋ ਜਾਂਦਾ 50-60 ਰੁਪਏ ਹੋ ਜਾਂਦਾ ਉਦੋਂ ਵੀ ਸਾਡੀ ਮੰਡੀ 'ਚੋਂ ਕਾਫੀ ਚੋਰੀ ਹੁੰਦੀ ਹੈ ਹੁਣ ਲਸਣ ਦੀ 2-250 ਰੁਪਏ ਕਿਲੋ ਚੱਲ ਗਿਆ ਹੁਣ ਲਸਣ ਦੀ ਵੀ ਚੋਰੀ ਹੋ ਜਾਂਦੀ ਹੈ ਕਿ ਉਹ ਚੀਜ਼ ਨੂੰ ਹਾਥੀ ਇੰਨੀ ਕੁ ਮੋਟੀ ਨੂੰ ਪਾਉਂਦੇ ਆ ਕਿ ਮਾੜਾ ਬੰਦਾ ਜਿਹੜਾ ਵਾ ਨਹੀਂ ਸਹਿਣ ਸਕਦਾ ਕਿਉਂਕਿ ਉਨੀ ਕੁ ਦਿਹਾੜੀ ਪੈਣੀ ਹੈ ਉਨਾ ਕੁ ਇਹ ਸਮਾਨ ਚੁੱਕ ਕੇ ਲੈ ਜਾਂਦੇ ਨੇ ਅਤੇ ਇਸ ਕਰਕੇ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਇਹੋ ਜਿਹੇ ਚੋਰਾਂ ਨੂੰ ਅੰਦਰੋਂ ਨਿਕਲਣ ਨਾ ਦਿਓ
ਕਿ ਜਿਹੜਾ ਕੱਲ ਨੂੰ ਦਸ਼ਾ ਦਾ ਮਾਹੌਲ ਖਤਮ ਹੋ ਜਾਏ। अपना समान ला लिया कहिंदा हुण टाइम ना बाद बाऊ दा मुंडा आएगा देखेगा ये बाऊ दा बेटा आ इन्हां ने देखिया मौके तों फड़िया जी इन्हां नूं ਮੌਕੇ ਤੋਂ ਫੜਿਆ ਹਾਂਜੀ ਹਾਂਜੀ ਇਹ ਚੋਰੀ ਦੇ ਕੇਸ 'ਚ ਫੜਿਆ ਜੀ ਹਾਂਜੀ ਕਿੱਥੇ ਲੈ ਕੇ ਚੱਲੇ ਹੋ ਇਹਨਾਂ ਨੂੰ ਥਾਣੇ ਲੈ ਕੇ ਚੱਲੇ ਹੋ ਮੌਕੇ 'ਤੇ ਫੜਿਆ ਅਤੇ ਕਿਹਦੀ ਮਤਲਬ ਕਿੱਥੇ ਚੋਰੀ ਕੀਤੀ ਆ ਸਬਜ਼ੀ ਮੰਡੀ 'ਚ ਹਾਂਜੀ ਹਾਂਜੀ ਮੌਕੇ 'ਤੇ ਫੜਿਆ ਇਹਨਾਂ ਨੂੰ